ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਤੁਸੀਂ ਇਹ ਫੋਟੋ ਦੇਖ ਰਹੇ ਹਾਂ, ਇਹ ਗਿਆਨੀ ਸੁਰਿੰਦਰ ਸਿੰਘ ਪਿੰਡ ਪਨਮਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਨੇ। ਸਾਰੇ ਵੀਰ ਟਾਈਮ ਕੱਢ ਕੇ ਜ਼ਰੂਰ ਇਹ ਵੀਡੀਓ ਜ਼ਰੂਰ ਦੇਖੋ। ਇਹ ਜਿਹੜੀ ਫੋਟੋ ਦੇ ਵਿੱਚ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਵੀ ਬੈਠੇ ਨੇ ਗਿਆਨੀ ਸੁਰਿੰਦਰ ਸਿੰਘ ਜੀ ਨਾਲ। ਅੱਜ ਤੋਂ 25-30 ਸਾਲ ਪੁਰਾਣੀ ਇਹ ਫੋਟੋ ਹੈ। ਸਾਡੀ ਟੀਮ ਪਿੰਡ ਪਨਮਾ ਦੇ ਵਿੱਚ ਗਈ, ਜਦੋਂ ਗਿਆਨੀ ਸੁਰਿੰਦਰ ਸਿੰਘ ਜੀ ਇੱਕ ਕਮਰੇ ਦੇ ਵਿੱਚ ਰਹਿੰਦੇ ਸੀ ਉੱਥੇ ਗਈ। ਜਿਹੜੇ ਕਿ ਹਾਲਾਤ ਗਿਆਨੀ ਜੀ ਦੇ ਨੇ ਉਹ ਤੁਹਾਡੇ ਸਾਹਮਣੇ ਨੇ। ਬਹੁਤ ਹੀ ਮੁਸ਼ਕਲ ਜਿਹੜਾ ਕਿ ਕਮਰੇ ਦਾ ਦਰਵਾਜ਼ਾ ਸਾਡੀ ਟੀਮ ਵੱਲੋਂ ਖੋਲ੍ਹਿਆ ਗਿਆ, ਪਤਾ ਨਹੀਂ ਕਿਹੜੇ ਸਮੇਂ ਦਾ ਇਹ ਦਰਵਾਜ਼ਾ ਬੰਦ ਪਿਆ ਆ। ਅੰਦਰ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਵੀਰੋ। ਗਿਆਨੀ ਸੁਰਿੰਦਰ ਸਿੰਘ ਜੀ ਕਿਵੇਂ ਕੁੱਤੇ ਇਹਨਾਂ ਦੇ ਉੱਪਰ ਚੜ੍ਹੇ ਹੋਏ ਆ। ਜਿਹੜੇ ਹਾਲਾਤ ਕਮਰੇ ਦੀ ਦੇਖੋ, ਸਾਈਕਲ ਜਿਹੜਾ ਪਿਆ ਪਤਾ ਨਹੀਂ ਕਿਹੜੇ ਸਮੇਂ ਦਾ ਸਾਈਕਲ ਪਿਆ ਆ, ਜਦੋਂ ਇਹ ਉਵੇਂ ਦਾ ਪਿਆ ਜਿਵੇਂ ਜਦੋਂ ਇਹ ਡਿਊਟੀ ਕਰਨ ਤਲਵਾੜੇ ਜਾਂਦੇ ਸੀ। ਇਹ ਪਲੱਸ ਟੂ ਕੀਤੀ ਹੋਈ, ਮਕੈਨੀਕਲ ਦੀ ਇੰਜੀਨੀਅਰਿੰਗ ਕੀਤੀ ਹੋਈ, ਅਤੇ ਸਮੇਂ ਨੇ ਕੁਝ ਇਹੋ ਜਿਹੀ ਹਾਲਾਤ ਬਦਲੇ ਜਿਹੜੇ ਕਿ ਇਹ ਆ ਹਾਲਾਤਾਂ ਦੇ ਵਿੱਚ ਨਰਕ ਭਰੀ ਜ਼ਿੰਦਗੀ ਲਈ ਮਜਬੂਰ ਹੋ ਗਿਆ। 25-30 ਸਾਲ ਪਹਿਲਾਂ ਇਹ ਪਾਠੀ ਸਿੰਘ ਦੀ ਡਿਊਟੀ ਕਰਦੇ ਸੀ। ਗੁਰਸਿੱਖ ਪਰਿਵਾਰ ਆ ਇਹਨਾਂ ਦਾ, ਇੱਕ ਭਰਾ ਫੌਜੀ ਆ, ਪਰਿਵਾਰ ਵੀ ਕਾਫੀ ਵੱਡਾ ਆ। ਪਰ ਸਮੇਂ ਨੇ ਇਹੋ ਜਿਹੀ ਕੋਈ ਹਿਸਾਬ ਕਿਤਾਬ ਹੋਇਆ ਇਹਨਾਂ ਨਾਲ ਜਿਹੜਾ ਕਿ ਇਹ ਨਰਕ ਭਰੀ ਜ਼ਿੰਦਗੀ ਮਜਬੂਰ ਹੋ ਗਿਆ। ਅੰਦਰ ਹੀ ਲੈਟਰਿੰਗ, ਅੰਦਰ ਹੀ ਬਾਥਰੂਮ, ਅੰਦਰ ਹੀ ਸਭ ਕੁਛ ਇਹ ਨਹੀਂ ਕਰਨਾ। ਅਤੇ ਸਾਡੀ ਟੀਮ ਜਦੋਂ ਪਿੰਡ ਪਨਮਾ ਦੇ ਵਿੱਚ ਕਿਸੇ ਕਾਰਨ ਕਰਕੇ ਗਈ, ਜਦੋਂ ਹਾਲਾਤ ਦੇਖੇ ਕਿਹੜੀਆਂ ਜਟਾਂ ਇਹਨਾਂ ਦੀਆਂ ਸਿਰ ਦੇ ਵਿੱਚ ਬਣੀਆਂ ਹੋਈਆਂ, ਇਹ ਬੈਠੇ ਹੋਏ ਸੀਗੇ, ਨਾਲ ਹੀ ਇਹਨਾਂ ਦੇ ਕੁੱਤੇ, ਚੂਹੇ, ਬਿੱਲੀਆਂ ਇੱਕੋ ਹੀ ਥਾਲੀ ਦੇ ਵਿੱਚ ਇੱਕ ਆਟਾ, ਗਿੱਲਾ ਜਿਹਾ ਆਟਾ ਖਾ ਰਹੇ ਸੀ। ਅਤੇ ਉਦੋਂ ਦੇਖ ਕੇ ਮਾੜਾ ਮਨ ਦੁਖਿਆ ਵੀ ਇੱਕ, ਜਦੋਂ ਇਹਨਾਂ ਬਾਰੇ ਪਤਾ ਕਰਾਇਆ ਤਾਂ ਪਤਾ ਲੱਗਾ ਕਿ ਇਹ ਗੁਰਸਿੱਖ ਫੈਮਿਲੀ ਨਾਲ ਬਿਲੋਂਗ ਕਰਦੇ ਆ, ਅਤੇ ਆਪ ਵੀ ਪਹਿਲਾਂ ਬਿਲਕੁਲ ਠੀਕ ਠਾਕ ਸੀਗੇ ਅਤੇ ਬਹੁਤ ਹੀ ਵਧੀਆ ਪਾਠ ਕਰਦੇ ਸੀਗੇ, ਆਵਾਜ਼ ਹੀ ਬਹੁਤ ਵਧੀਆ ਸੀਗੀ ਇਹਨਾਂ ਦੀ। ਪਰ ਹਾਲਾਤ ਕੁਝ ਇਹੋ ਜਿਹੇ ਬਣੇ ਜਿਹੜੇ ਕਿ ਇਹਨਾਂ ਨੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰਕੇ ਰੱਖ ਲਿਆ। ਸਾਡੀ ਵੀਡੀਓ ਬਣਾਉਣ ਦਾ ਇਹ ਮਕਸਦ ਆ ਵੀਰੋ ਵੀ ਜਿਹੜਾ ਕੰਮ ਹੁਣ ਸੁਸਾਇਟੀ ਨੇ ਇਹਨਾਂ ਨੂੰ ਉੱਥੋਂ ਲਿਆ ਕੇ ਗੋਰਾ ਆਸਰਾ ਸੇਵਾ ਘਰ ਦੇ ਵਿੱਚ ਲਿਆਂਦਾ ਗਿਆ, ਇਹਨਾਂ ਨੂੰ ਠੀਕ ਕੀਤਾ। ਜੇ ਅੱਜ ਤੋਂ 25-30 ਸਾਲ ਪਹਿਲਾਂ ਇਹਨਾਂ ਨੂੰ ਦਵਾਈ ਹੁੰਦੀ ਜਾਂ ਇਹਨਾਂ ਨੂੰ ਠੀਕ ਕੀਤਾ ਹੁੰਦਾ, ਕਮਰੇ 'ਚੋਂ ਕੱਢਿਆ ਹੁੰਦਾ, ਤਾਂ ਇਹਨਾਂ ਦੇ ਹਾਲਾਤ ਆ ਨਾ ਹੁੰਦੇ। ਸਾਰਾ ਪਿੰਡ ਖੜ੍ਹਾ ਹੋ ਕੇ ਦੇਖ ਰਿਹਾ ਸੀ, ਪਰ ਕਿਸੇ ਦੀ ਹਿੰਮਤ ਨਹੀਂ ਅੱਜ ਤੋਂ ਪਹਿਲਾਂ ਪਈ ਵੀ ਅਸੀਂ ਇਹਨਾਂ ਨੂੰ ਦਵਾਈਏ। ਪਰਿਵਾਰ ਵੀ ਡਰਦਾ ਸੀ ਅਤੇ ਪਿੰਡ ਵੀ ਡਰਦਾ ਸੀ ਕਿਤੇ ਇਹ ਸ਼ਰਾਬ ਨਾ ਦੇ ਦੇਣ, ਕਿਤੇ ਸਾਨੂੰ ਕੋਈ ਨੁਕਸਾਨ ਨਾ ਹੋ ਜਾਏ, ਜਟਾਂ ਕੱਟਣ ਤੋਂ ਡਰਦਾ ਸੀ ਸਾਰਾ ਪਰਿਵਾਰ। ਸਾਡਾ ਦੇਖੋ ਕਿੱਡਾ ਮੁਲਕ ਕਿੱਥੇ ਜਾ ਚੁੱਕਾ ਆ, ਅਸੀਂ ਕਿਹੜੀਆਂ ਗੱਲਾਂ ਕਰ ਰਹੇ ਹਾਂ, ਪਰ ਫਸੇ ਅਸੀਂ ਉੱਥੇ ਹੀ ਪਏ ਹਾਂ ਅੰਧ ਵਿਸ਼ਵਾਸ ਦੇ ਵਿੱਚ ਵੀ ਪਤਾ ਨਹੀਂ ਕੀ ਹੋ ਜਾਣਾ। ਜਟਾਂ ਕੱਟਣ ਤੋਂ ਇੰਨੀ ਦੁਨੀਆ ਡਰਦੀ, ਕਈ ਵਾਰ ਸਾਨੂੰ ਸਵਾਲ ਕਰਦੀ ਆ ਵੀ ਵੀਰੋ ਤੁਸੀਂ ਜਟਾਂ ਇੱਦਾਂ ਹੀ ਕੱਟ ਦਿੰਦੇ ਆ। ਇੱਦਾਂ ਦੇ ਹਾਲਾਤ ਸਾਡੇ ਸਮਾਜ ਦੇ ਬਣੇ ਹੋਏ। ਹੁਣ ਸੇਵਾ ਘਰ ਦੇ ਵਿੱਚ ਇਹ ਬਿਲਕੁਲ ਠੀਕ ਠਾਕ ਆ, ਤੁਹਾਡੇ ਸਾਹਮਣੇ ਆ, ਸਾਡੇ ਨਾਲ ਨੇ, ਇੱਥੇ ਵਧੀਆ ਆਪਣੀ ਜ਼ਿੰਦਗੀ ਜੀ ਰਹੇ ਨੇ। ਇਸੇ ਤਰ੍ਹਾਂ 84 ਤੋਂ ਉੱਪਰ ਲਗਭਗ ਜਿਹੜੇ ਲਵਾਰ ਸਬੇਸਾਰ ਅਨਾਥ ਦੀ ਸੇਵਾ ਸੰਭਾਲ, ਜਿਹੜੀ ਦੇਖਭਾਲ, ਜਿਹੜੀ ਇਸ ਸੇਵਾ ਗੁਰਾਸਰਾ ਸੇਵਾ ਘਰ ਦੇ ਵਿੱਚ ਕੀਤੀ ਜਾਂਦੀ ਹੈ। ਕਿਤੇ ਵੀ ਤੁਹਾਨੂੰ ਇਹੋ ਜਿਹਾ ਮਿਲੇ ਸਾਡੇ ਨਾਲ ਜ਼ਰੂਰ